बिस्मिल्लाहिर्रहमानिर्रहीम। अस्सलाम वालेकुम भाई, यूट्यूब फैमिली कैसे हैं आप सब? उम्मीद करती हूँ खैरियत से होंगे। अल्हम्दुलिल्लाह जी, मैं भी खैरियत से हूँ। आप लोग जहाँ भी रहें खुश रहें, आबाद रहें, ऐसा मुस्कुराते रहें। जो मेरे बहन भाई देश प्रदेश से देख रहे हैं, अल्लाह पाक उन्हें से तंदुरुस्ती अता फरमाए। जो परेशान है, अल्लाह पाक उन्होंने परेशानियाँ दूर फरमाए। आमीन स्वामीन। इसी नेक दुआ के साथ आज शाम का व्लॉग करते हैं शुरू। आज शाम की रूटीन बना भाई ने शेयर करने हैं जी। तो बच्चे गए हैं जड़ी लै के, ਤੇ ਮੀਆਂ ਜੀ ਅੱਜ ਘਰ ਨੇ ਤੇ ਉਹ ਵੀ ਬਾਹਰ ਨਿਕਲੇ ਨੇ ਤੇ ਮੇਰੀ ਬਾਹਰ ਜਿਹੜੀ ਉਹ ਖੇਡਣ ਗਈ ਹੋਈ ਹੈ ਤੇ ਮੈਂ ਅੱਜ ਇਕੱਲੀ ਹੈਗੀ ਹਾਂ ਤੇ ਮੈਂ ਜਿਹੜਾ ਨਾ ਥੋੜ੍ਹਾ ਜਿਹਾ ਚਾਂਸੋਂ ਹੈਗੀ ਸੀ ਤੇ ਬਾਹਰ ਬੈਠੀ ਹਾਂ। ਮੌਸਮ ਜਿਹੜਾ ਸਾਨੂੰ ਮਾਸ਼ਾਅੱਲਾ ਬੜਾ ਪਿਆਰਾ ਹੋਇਆ ਹੋਇਆ ਸੀ। ਅਸਲਾਮ ਅਲੈਕੁਮ ਜੀ, ਕੀ ਹਾਲ ਚਾਲ ਨੇ ਮੇਰੇ ਭੈਣ ਭਾਈਆਂ ਦਾ? ਠੀਕ ਠਾਕ ਹੋ? ਆਈਸਕ੍ਰੀਮ ਖਾ ਲਓ ਜਿੰਨੇ ਖਾਣੀ ਮੇਰੇ ਭੈਣ ਭਾਈ, ਬੜੀ ਮਜ਼ੇਦਾਰ ਚੋਕਲੇਟ ਆਈਸਕ੍ਰੀਮ। ਮੈਂ ਕਿਹਾ ਦੇਖੋ ਸਿੱਧਾ ਘਰ ਇਕੱਲੇ ਬੈਠੇ ਹੋ। ਠੰਡੀ ਠੰਡੀ ਮੌਸਮ ਵੀ ਅੱਛਾ ਹੈ ਤੇ ਆਈਸਕ੍ਰੀਮ ਖਾਣ ਦਾ ਮਜ਼ਾ ਵੀ ਆ ਰਿਹਾ। ਬੀਬਾ ਬਾਹਰ ਖੜੀ ਸੀ, ਉਹਨੂੰ ਉੱਥੇ ਲੈ ਕੇ ਦੇਤੀ ਤੇ ਸੈਮ ਜ਼ੈਨ ਨੂੰ ਉੱਥੇ ਰੇੜੀ ਤੇ ਉਹਨਾਂ ਨੇ ਲੈ ਲਈ। ਫਿਰ ਆਈਸਕ੍ਰੀਮ ਖਾ ਲਈਏ, ਖਾ ਕੇ ਤੇ ਫਿਰ ਬਾਕੀ ਰੂਟੀਨ ਸ਼ੇਅਰ ਕਰਨਾ। ਇਹ ਥੋੜਾ ਅਸੀਂ ਸ਼ੇਅਰ ਕਰ ਵੀ ਲਏ ਤੇ ਨਾਲੇ ਖਾਣ ਲੱਗੇ। ਬਹੁਤ ਹੀ ਮਜ਼ੇਦਾਰ ਅਸੀਂ ਆਈਸਕ੍ਰੀਮ ਖਾ ਲਈ, ਬੜੀ ਮਜ਼ਾ ਮਜ਼ੇ ਦੀ ਸੀ ਤੇ ਹੁਣ ਜਿਹੜਾ ਨਾ ਮੈਂ ਕਰ ਰਹੀ ਖਾਣ ਨੂੰ ਘੁੰਮਣੀਆਂ ਦੀ ਆਰਾਮ ਫਰਮਾ ਰਹੇ ਹਾਂ। ਜਨਾਬ ਹੁਣ ਪਕਾ ਲਓ ਕੁਛ, ਪਕਾਉਣ ਵਾਸਤੇ ਜਾਊਂ ਮਸਾਲਾ ਲੈ ਕੇ ਆਊਂ ਤੇ ਉਹ ਬਣਾਊਂ। ਆਈਸਕ੍ਰੀਮ ਖਾ ਲਈ ਤੇ ਹੁਣ ਇਹ ਨਹੀਂ ਵੀ ਆਈਸਕ੍ਰੀਮ ਹੀ ਬਸ ਖਾ ਲਈ, ਹੋਰ ਕੁਛ ਨਹੀਂ ਖਾਣਾ। ਨਹੀਂ ਰੋਟੀ ਵੀ ਬਣਾਉਣੀ ਆ ਮੈਂ ਨਾ, ਲੈ ਕੇ ਆਉਣੀ ਜੀ ਮਸਾਲਾ ਵਗੈਰਾ ਤਾਂ ਬਣਾਉਣੀ ਆ। ਮੈਂ ਜੇ ਕਹਿ ਰਹੇ ਨੇ ਕੋਈ ਪਕਾ ਲੈ ਤੇ ਉਹ ਮਸਾਲਾ ਦਿਓ, ਹੋਰ ਕਿਆ ਲਾਣੀ ਆ, ਮਸਾਲਾ ਬਣਾ ਕੇ ਦਿਓ ਮੈਨੂੰ। ਫਟਾਫਟ ਬਣਾਓ ਮਸਾਲਾ ਤੇ ਜੈਨ ਅਲੀ ਵੀ ਆ ਗਿਆ। ਫੇਰ ਹੁੰਦੀ ਪਈ ਵਾਵਾ, ਚਲੋ ਮਾਸ਼ਾਅੱਲਾ ਬੜੀ ਹੋ ਰਹੀ। ਕਿੰਨੇ ਕੁ ਰਹਿ ਗਈ? ਚਾਰ ਅੱਧੀ ਹੋ ਗਈ, ਅੱਧੀ ਸੇਲ ਹੋ ਗਈ। ਕਿੰਨੇ? ਚਲੋ ਮਾਸ਼ਾਅੱਲਾ, ਅੱਲਾਹ ਤਾਲਾ ਵੀ ਜ਼ਿਕਰ ਕਰਕੇ ਤਾ ਫਰਮਾਵੇ। ਹਰੀਆਂ ਮਿਰਚਾਂ ਥੋੜੀਆਂ ਨਹੀਂ? ਨਹੀਂ ਛੋਟਾ ਪਰ ਕਮਾਲ ਚਲੋ ਤੁਸੀਂ ਬਣਾਓ ਮਸਾਲਾ ਵਗੈਰਾ ਤੇ ਖਾਣਾ ਛਾਣਾ ਸਾਰਾ ਤਿਆਰ ਕਰੋ ਤੇ ਮੈਂ ਚੱਲਾਂ ਰੇਹੜੀ ਤੇ ਸ਼ਾਮ ਵਾਲੇ ਨੂੰ ਭੇਜਣਾ ਵੀ ਕਾਰ ਕੋਈ।
ਵਾਸ਼ਰੂਮ ਵਗੈਰਾ ਜਾਂ ਪਾਣੀ ਛਾਣੀ ਪੀਣਾ ਹੋਵੇ ਰੱਖ ਲਈ ਤੇ ਹੁਣ ਆਪਾਂ ਤੜਕਾ ਛਿੜਕਾ ਲਾਉਣੇ ਤੇ ਫੇਰ ਇਹਨੂੰ ਬਣਾਉਣੇ। ਅੱਗ ਬਾਲ ਲਈ ਦੋਨਾਂ ਪਰ ਕੜਾਹੀ ਮੈਂ ਨਾ ਬਿਮਾਰ ਰਹਿੰਦੀ ਰਹੀ ਹਾਂ, ਮੇਰਾ ਗਲਾ ਬੜਾ ਖਰਾਬ ਹੋਇਆ ਖਲਾ ਤੇ ਆਵਾਜ਼ਾਂ ਜਿਹੜੀਆਂ ਸਹੀ ਨਿਕਲਦੀਆਂ ਨਹੀਂ ਤੇ ਜੋ ਗਰਮ ਹੁੰਦਾ ਤੇ ਫਿਰ ਆਪਾਂ ਪਾਣੇ ਚ ਗੰਢੇ ਟਮਾਟਰ ਕੱਟੀ ਜਾ ਰਹੇ ਇਹ ਵਿੱਚ ਪਾ ਲੈਂਦੇ ਲਾਲ ਮਿਰਚਾਂ ਹਲਦੀ ਨਮਕ ਮਸਾਲਾ ਪੀਸਿਆ ਅੱਛੀ ਤਰ੍ਹਾਂ ਲਾਉਂਦੇ ਹਾਂ ਲਾ ਕੇ ਬੁਣ ਕੇ ਪਕੇਰਾ ਪਕਾਉਣਾ ਹੈ ਚਿਕਨ ਗਰਦਨ ਅੱਛੀ ਤਰ੍ਹਾਂ ਫਰਾਈ ਕਰਕੇ ਤੇ ਫਿਰ ਜਿਹੜਾ ਮਸਾਲੇ ਵਿੱਚ ਫਿਰ ਮੁੱਕ ਲਾਵਾਂਗੇ ਪਾਣੀ ਮਾਸ਼ਾਅੱਲਾ ਇਹ ਹੋ ਗਏ ਨੇ ਫਰਾਈ ਤੇ ਇਹਨਾਂ ਨੂੰ ਨਾ ਪਾਣੀ ਲਾਉਣੇ ਸੱਕ ਜਾਵਾਂ ਇੱਕ ਪਿਆਰਾ ਪਿਆਰਾ ਕਲਰ ਵੀ ਆ ਗਿਆ ਅਤੇ ਮਾਸ਼ਾਅੱਲਾ ਮਸਾਲਾ ਵੀ ਜਿਹੜਾ ਨਾ ਅੱਛੇ ਤਰੀਕੇ ਬਣ ਗਿਆ ਬਹੁਤ ਹੀ ਪਿਆਰਾ ਪਿਆਰਾ ਮਾਸ਼ਾਅੱਲਾ ਬਣ ਗਿਆ ਦੋਵੇਂ ਨੂੰ ਲਾਉਣੇ ਜਿੱਥੇ ਅਤੇ ਪੱਕਾ ਰਹੇ ਨਮਕ ਵਿੱਚ
ਅੱਛਾ ਚਲਾ ਦਾ ਪਿੱਛੇ ਕੰਮ ਦੇਣੀ ਆ ਮੈਂ ਖਾਣਾ ਬਦਤਮੀਜ਼ ਹੋਇਆ ਅਗਲਾ ਚੱਲ ਜਾਟਾ ਗੁਣ ਲਈ ਫਿਰ ਮੈਂ ਭੈਣ ਭਾਈ ਨਾਲ ਬਾਕੀ ਦੀ ਰੂਟੀਨ ਸ਼ੇਅਰ ਕਰਨੀ ਆ ਮਾਸ਼ਾਅੱਲਾ ਆਪਣਾ ਸਾਲਣ ਹੋ ਗਿਆ ਤਿਆਰ ਦੇਖੋ ਜੀ ਮਾਸ਼ਾਅੱਲਾ ਬਹੁਤ ਹੀ ਪਿਆਰਾ ਪਿਆਰਾ ਮਾਸ਼ਾਅੱਲਾ ਹੋ ਗਿਆ ਤਿਆਰ ਪੱਕ ਗਿਆ ਬਾਂਹ ਮੇਰਾ ਫੇਵਰੇਟ ਸਾਲਣ ਹੈ ਅਤੇ ਹੁਣ ਆਪਾਂ ਨੇ ਤਾਰ ਕੇ ਅਤੇ ਰੋਟੀਆਂ ਬਣਾਉਣਾ ਸ਼ੁਰੂ ਕਰਨੇ ਹੈ ਬਾਅਦ ਫੁੱਟੀ ਲਿਆ ਤੇ ਮੈਂ ਤੁਹਾਨੂੰ ਰੋਟੀ ਬਣਾ ਦੇਣੀ ਆ ਪਾਣੀ ਮੈਂ ਇੱਧਰ ਨਹੀਂ ਰੱਖਿਆ ਤੇ ਠੰਡਾ ਲੈ ਲਓ ਬਰੇਦੀ ਵਿੱਚ ਪਾਣੀ ਤੇ ਤਵਾ ਰੱਖਣਾ ਨਹੀਂ ਤਵਾ ਰੱਖ ਲਈ ਜੀ ਅੱਗ ਬਾਲ ਕੇ ਹਲੇ ਅੱਛਾ ਜੇ ਅੱਗ ਬਾਲ ਗਈ ਤਾਂ ਹੁਣ ਆਪਾਂ ਰੱਖਣੇ ਜੀ ਤਵਾ ਇਹ ਤਵਾ ਗਰਮ ਹੋਏ ਬਾਅਦ ਫਿਰ ਬਣਾਵਾਂਗੇ ਰੋਟੀਆਂ ਮੌਸਮ ਵੀ ਜਿਹੜਾ ਨਾ ਖਰਾਬ ਹੈ ਸਾਡੇ ਕੋਲ ਮਾੜੀ ਮੋਟੀ ਵਾਹ ਤੇ ਚੱਲਣ ਲੱਗੀ ਹੁਣ ਅਤੇ ਮੰਜੀਆਂ ਚਾਰ ਪਾਈਆਂ ਵੀ ਹੋ ਸਕਦਾ ਸਾਨੂੰ ਸੁੱਕੀਆਂ ਪਾਉਣ ਜਾਂ ਬੱਦਲ ਆ ਜਾਵੇ ਬਾਰਾਂ ਤਾਲਾ ਦੀ ਮਰਜ਼ੀ ਅਤੇ ਮਾੜੀ ਮੋਟੀ ਵਾਹ ਵਗੈਰਾ ਚੱਲ ਰਹੀ ਅਤੇ ਹਨੇਰਾ ਵੀ ਹੋ ਰਿਹਾ ਅਤੇ ਬੱਚੇ ਜਿਹੜੇ ਨੂੰ ਅਜੇ ਰੇਹੜੀ 'ਤੇ ਹੀ ਨੇ ਰੇਹੜੀ ਲੈ ਕੇ ਨਹੀਂ ਆਏ ਮੀਆਂ ਜੀ ਵੀ ਨਾਲ ਹੈਗੇ ਨੇ ਅਤੇ ਇਹੀ ਬਾਅਦ ਮੈਂ ਹੀ ਹੈਗੀ ਹਾਂ ਘਰ 'ਚ ਰੋਟੀਆਂ ਬਣਾਉਣੇ ਇਹੀ ਬਾ ਖਾ ਲੈਗੀ ਅਤੇ ਬਾਕੀ ਜਿਹੜਾ ਅਸੀਂ ਫਿਰ ਬਣਾ ਕੇ ਉਹਨਾਂ ਵਾਸਤੇ ਰੱਖ ਦੇਣਾ ਜੇ ਹੋ ਗਿਆ ਨਾ ਮੌਸਮ ਜ਼ਿਆਦਾ ਖਰਾਬ ਤਾਂ ਫਿਰ ਸਾਨੂੰ ਕਮਰੇ 'ਚ ਬਣਾਉਣੀਆਂ ਪੈਣੀਆਂ ਨਾ ਉੱਥੇ ਹੋ ਜਾਣੀ ਮੁਸ਼ਕਿਲ ਥੋੜ੍ਹੀ ਸਾਨੂੰ ਜਿਹੜਾ ਨਾ ਖਾਣਾ ਖਾਣਾ ਅਤੇ ਇਸ ਵਾਸਤੇ ਅਸੀਂ ਜਿਹੜਾ ਨਾ ਇੱਥੇ ਬਣਾਉਣੇ ਆ ਹਵਾ ਹੁਣ ਗਰਮ ਹੋ ਜਾਂਦਾ ਅਤੇ ਮੈਂ ਪੇੜੇ ਕਰ ਲਵਾਂ ਕੋਲ ਤਵਾ ਗਰਮ ਹੋ ਗਿਆ ਹੁਣ ਆਪਾਂ ਪਕਾ ਲਈ ਰੋਟੀ ਅਤੇ ਉੱਤੇ ਪਾ ਦਿੱਤੀ ਹੈ ਬਾਹਰ ਜਿਹੜੀ ਉਹ ਇੰਤਜ਼ਾਰ ਕਰ ਰਹੀ ਹੈ ਪੱਕਣ ਦਾ ਹਾਂਜੀ ਨੀਂਦ ਆਈ ਨੀਂਦ ਆਈ ਬਸ ਆ ਰੋਟੀ ਬਾਅਦ ਨਾ ਫਿਰ ਤੈਨੂੰ ਦੇ ਦਿਆਂਗੇ ਠੀਕ ਹੈ ਠੀਕ ਹੈ ਬਸ ਆ ਖਾਣਾ ਰੋਟੀ ਬਣ ਜਾਂਦੀ ਨਾ ਅਤੇ ਸਾਲਣ ਆਪਣਾ ਬਣਿਆ ਪਿਆ ਤਾਂ ਫਿਰ ਮੈਂ ਆਪਣੀ ਬੇਟੀ ਨੂੰ ਦੇ ਦਿੰਦੀ ਠੀਕ ਹੈ ਫਿਰ ਖਾਣਾ ਖਾ ਕੇ ਫਿਰ ਸੌ ਜਾਏ ਹਾਂ ਫੱਟੀ ਲਿਆਓ ਤਾਂ ਇੱਥੇ ਬੈਠ ਜਾਓ ਹਾਂ ਫਿਰ ਮੈਂ ਤੁਹਾਨੂੰ ਦੇਣੀ ਰੋਟੀ ਰੋਟੀਆਂ ਨੇ ਬਣਾ ਲਈਆਂ ਨੇ ਬਸ ਆ ਦੋ ਰੋਟੀਆਂ ਰਹਿ ਗਈਆਂ ਨੇ ਪਕਾ ਕੇ ਅਤੇ ਫਿਰ ਬੱਚੇ ਆ ਗਏ ਨੇ ਸੈਮ ਸੈਮ ਵੀ ਉਹਨਾਂ ਨੂੰ ਪਾਪਾ ਵੀ ਆ ਗਿਆ ਰੇਹੜੀ ਲੈ ਕੇ ਫਿਰ ਉਹਨਾਂ ਨੂੰ ਦਿੰਦੇ ਹਾਂ ਰੋਟੀ ਖੁਸ਼ ਲਾ ਗਿਆ ਮੇਰਾ ਬੱਚਾ ਵੀ ਤੂੰ ਕਹਿਣ ਆ ਲਓ ਜੀ ਬੇਗਮ ਸਾਹਿਬ ਅਸੀਂ ਤਾਂ ਆ ਗਏ ਮਾਸ਼ਾਅੱਲਾ ਸਾਰੀ ਜਿਹੜੀ ਨਾ ਚਾਟ ਸੇਲ ਹੋ ਗਈ ਹਾਂਜੀ ਮਾਸ਼ਾਅੱਲਾ ਅੱਲਾ ਤਾਲਾ ਰੋਜ਼ੀ ਦੇਗਾ ਜੀ ਮਾਸ਼ਾਅੱਲਾ ਬੜੀ ਗੱਲ ਸ਼ੁਕਰ ਹੈ ਅੱਲਾ ਦਾ ਸ਼ੁਕਰ ਅਦਾ ਕਰਨੇ ਲੱਖ ਤੇ ਕਰੋੜ ਵਾਰੀ ਜਿਹੜਾ ਨੇ ਸ਼ੁਕਰ ਅਦਾ ਕਰਨੇ ਅੱਲਾ ਤਾਲਾ ਪਾਣੀ ਤਾਂ ਪਿਆ ਗਿਆ ਨਾ ਪਾਣੀ ਜਾਂ ਨਾ ਦਾ ਸਾਰ ਪੀਣ ਲੱਗ ਜਾ ਠੰਡਾ ਜ਼ਿਆਦਾ
ਮਿਕਸ ਕਰ ਲੈ, ਠੰਡਾ ਹੈ ਬਰਫ ਵਾਲਾ ਪਾਣੀ ਬਹੁਤ ਹੈ, ਇੰਨਾ ਠੰਡਾ ਨਹੀਂ ਪੀਣਾ। ਫੈਮਲੀ ਆਪਦੀ ਸੇਲ ਕਿਣਨ ਲੱਗਿਆ ਜੀ, ਕਿੰਨੀ ਹੋ ਗਈ ਅੱਜ ਬੇਗਮ ਸਾਹਿਬ? ਤੁਹਾਨੂੰ ਪਤਾ ਨਹੀਂ ਕੀ ਪਕਾਇਆ ਅੱਜ ਜੀ? ਅਸੀਂ ਬਣਾਏ ਨੇ ਚਿਕਨ ਗਰਦਨ। ਅੱਛਾ, ਗਰਦਨਾ? ਹਾਂਜੀ, ਵਾਹਵਾ ਦਿਨਾਂ ਬਾਅਦ ਹੀ ਬਣਾਈਆਂ। ਆਹ ਮੀਆਂ ਜੀ, ਜੇ ਰੋਟੀਆਂ ਮੈਂ ਬਣਾ ਲਈਆਂ ਨੇ ਦੋਣੇ ਨਾਲ ਪਾ ਕੇ ਦਿੰਦੇ ਹਾਂ ਰੋਟੀਆਂ। ਕਸੂਰੀ ਮੇਥੀ ਦੀ ਖੁਸ਼ਬੂ ਆ ਰਹੀ, ਖੁਸ਼ਬੂ ਬੜੀ ਆ ਰਹੀ ਮਾਸ਼ਾਅੱਲਾਹ। ਜਦੋਂ ਤੁਸੀਂ ਖਾਓਗੇ ਨਾ ਤਾਂ ਯਾਦ ਕਰੋ ਦੇ ਵੀ ਐਵੇਂ ਦਾ ਬਣਾਇਆ ਕਿਉਂ। ਵੇਖੋ ਜੀ, ਸਾਲਨ ਰੋਟੀ ਤਿਆਰ ਹੈ ਤੇ ਜਿਹੜੇ ਮੇਰੇ ਭੈਣਾਂ ਭਾਈਆਂ ਨੇ ਖਾਣਾ ਹੈ ਤੇ ਫਟਾਫਟ ਆ ਜੀ। ਮੀਆਂ ਜੀ ਨੂੰ ਦੇਣ ਲੱਗਿਆ ਨੂੰ ਤੁਸੀਂ ਬਹੁਤ ਟਿਕਣ ਨਹੀਂ ਦਿੰਦੇ ਜੀ ਸਾਲਨ ਰੋਟੀ। ਬੱਚਿਆਂ ਨੂੰ ਦੇਣੀ ਨਾ ਪੇਟੇ ਰਹਿਣ ਵਾਲੀ ਫੈਮਿਲੀ ਕਿੰਨੀ ਕੁ ਦੇ ਦੇ ਬੇਟਾ? ਆ ਗਏ ਨੇ, ਚਲ ਰਹਿਣ ਵਾਲੀ ਤੂੰ ਖਾ। ਚਲੋ ਜੀ, ਮੈਂ ਹੋਰ ਪਾ ਕੇ ਦਿੰਦੀ ਰੋਟੀ। ਸੈਡ ਤੇ ਕਰ ਦਈਏ? ਮੇਰੇ ਬੇਟੇ ਥੱਕ ਕੇ ਆਏ ਨੇ ਰੇਹੜੀ ਤੋਂ, ਮੈਂ ਉਹਨਾਂ ਨੂੰ ਰੋਟੀ ਜਿਹੜੀ ਮੈਂ ਦੇ ਦਿਆਂ। ਸਾਡੇ ਤਿੰਨਾਂ ਦੀ ਹੋ ਗਈ ਰੋਟੀ ਪੂਰੀ। ਹਾਂਜੀ, ਤੁਹਾਡੀ ਹੋ ਗਈ ਤਾਂ ਪਾਣੀ ਰੱਖ ਲੋ ਕੋਲ, ਲੈ ਇੱਕ ਬਰਤਨ ਲੈ ਲੈ ਲੋ। ਮੈਂ ਆਪਣੀ ਰੋਟੀ ਰੱਖ ਲਈ ਕੋਲ। ਲੋ ਜੀ, ਕਿਸੇ ਸਾਡੇ ਭੈਣ ਭਾਈ ਨੇ ਰੋਟੀ ਖਾਣੀ ਹੈ ਅਤੇ ਆ ਕੇ ਸਾਡੇ ਨਾਲ ਖਾ ਸਕਦਾ। ਅਤੇ ਇਹ ਸੀ ਸਾਡੀ ਅੱਜ ਸ਼ਾਮ ਦੀ ਰੂਟੀਨ ਜਿਹੜੀ ਤੁਹਾਡੀ ਭੈਣ ਭਾਈਆਂ ਨਾਲ ਸ਼ੇਅਰ ਕੀਤੀ ਅਸੀਂ। ਅਤੇ ਸਾਡੀ ਵੀਡੀਓ ਅਗਰ ਅੱਛੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ ਅਤੇ ਪਿਆਰਾ ਜਿਹਾ ਕਮੈਂਟ ਸਾਨੂੰ ਲਾਜ਼ਮੀ ਕੀਤਾ ਕਰੋ ਸਾਡੀ ਹੌਸਲਾ ਅਫਜ਼ਾਈ ਵਾਸਤੇ। ਅਤੇ ਕੋਈ ਗਲਤੀ ਹੋਵੇ ਤਾਂ ਸਾਨੂੰ ਦੱਸਿਆ ਕਰੋ। ਅੱਲਾ ਹਾਫਿਜ਼। Allah Hafiz, Allah Hafiz, Allah Hafiz, Allah Hafiz, Allah Hafiz.